ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦਾ ਅਡਿਆਲਾ ਜੇਲ੍ਹ ਵਿੱਚ ਫਲਾਈ ਕੰਮ ਕਰਵਾਉਣ ਦਾ ਫੈਸਲਾ। ਜੇਲ੍ਹ ਵਿੱਚ ਪਾਣੀ ਤੇ ਛਾਂ ਕੀਤੇ ਇੰਤਜ਼ਾਮਾਤ ਕਰਵੇ ਸਨ। ਜੁਰਮਾਨਾ ਦੀ ਅਦਮ ਅਦਾਇਗੀ ਵਾਲੇ ਕੈਦੀਆਂ ਦੀ ਰਿਹਾਈ ਕਿਤੇ ਵੀ ਕੋਸ਼ਿਸ਼ਾਂ ਕਰੇ ਸਨ। ਬਿਲਾਵਲ ਭੁੱਟੋ ਦੀਆਂ ਰੈਲੀਆਂ ਵਿੱਚ ਆਵਾਮ ਦੀ ਭਰਪੂਰ ਸ਼ਿਰਕਤ ਤੇ ਆਸਿਫ ਅਲੀ ਜ਼ਰਦਾਰੀ ਖੁਸ਼। ਆਖਿਆ ਪੀਪਲਸ ਪਾਰਟੀ ਦੇ ਮੁਖਾਲਫੀਨ ਕੋਈ ਸ਼ਿਕਸਤ ਨਜ਼ਰ ਆ ਚੁੱਕੀ ਹੈ। ਪੰਜਾਬ ਵਿੱਚ ਭੁੱਟੋ ਦੇ ਨਾਰਿਆਂ ਦੀ ਗੂੰਜ ਪਤਾ ਦਾ ਪੈਗਾਮ ਹੈ। ਨਿਗਰਾਂ ਹਕੂਮਤ ਤਹਿਰੀਕ ਇਨਸਾਫ਼ ਦੇ ਇਸ਼ਾਰਿਆਂ ਤੇ ਨੱਚਦੀ ਪਈ ਹੈ। ਕਾਰਕੁਨਾਂ ਦੀ ਗ੍ਰਿਫਤਾਰੀ ਤੇ ਇਲੈਕਸ਼ਨ ਕਮਿਸ਼ਨ ਖਾਮੋਸ਼, ਤਮਾਸ਼ਾਈ ਬਣਿਆ ਰਿਹਾ। ਨੈਬ ਸਿਰਫ ਨੂਨ ਲੀਗ ਨੂੰ ਦੀਵਾਰ ਨਾਲ ਲਾਉਣ ਕਿਤੇ ਕਾਰਵਾਈ ਕਰਿੰਦਾ ਪਏ। ਦਬਾਓ ਨਾਲ ਉਮੀਦਵਾਰਾਂ ਨੂੰ ਤੋੜਿਆ ਗਿਆ। ਸ਼ਫਾਫ ਇੰਤਖਾਬਾਤ ਹੈ ਤਾਂ ਪੰਜਾਬ, ਖੈਬਰ ਪਖਤੂਨਖਵਾ ਤੇ ਵਫਾਕ ਵਿੱਚ ਨੂਨ ਲੀਗ ਦੀ ਹਕੂਮਤ ਹੋ ਸੀ। ਸ਼ਹਿਬਾਜ਼ ਸ਼ਰੀਫ ਦੀ ਪਿਸ਼ਾਵਰ ਵਿੱਚ ਗਾਲ ਮੁਹਾੜ। ਬਲੋਚਿਸਤਾਨ ਸਿਕਿਉਰਿਟੀ ਫੋਰਸਿਸ ਦੀ ਵੱਡੀ ਕਾਮਯਾਬੀ। ਜ਼ਰਾਇ ਮੁਤਾਬਿਕ ਮਸਤੌਂਗ ਧਮਾਕੇ ਦਾ ਮਰਕਜ਼ੀ ਮੁਲਜ਼ਮ ਹਿਦਾਇਤੁੱਲਾ ਮਾਰਿਆ ਗਿਆ। ਮਸਤੌਂਗ ਧਮਾਕੇ ਸਿਰਾਜ ਰਈਸਾਨੀ ਸਮੇਤ 149 ਬੰਦੇ ਜਾਂ ਬਹਕ ਹੈ। ਫਖਰ ਜ਼ਮਾਨ ਪਾਕਿਸਤਾਨ ਦਾ ਫਖਰ, ਵਨ ਡੇ ਚ ਡਬਲ ਸੈਂਚਰੀ ਬਣਾਉਣ ਵਾਲੇ ਪਹਿਲੇ ਪਾਕਿਸਤਾਨੀ ਖਿਡਾਰੀ ਬਣ ਗਏ। ਜ਼ਿੰਬਾਬਵੇ ਦੇ ਖਿਲਾਫ ਸ਼ਾਨਦਾਰ ਇਨਿੰਗਸ ਖੇਡੀ। ਓਪਨਿੰਗ ਸ਼ਰਾਕਤ ਦਾ ਵੀ ਨਵਾਂ ਆਲਮੀ ਰਿਕਾਰਡ ਕਾਇਮ ਕੀਤਾ। ਇਮਾਮੁਲ ਹਕ ਨਾਲ 304 ਰਨਜ਼ ਦੀ ਪਾਰਟਨਰਸ਼ਿਪ ਕੀਤੀ। ਜੀਤ ਸਾਂਗੇ 400 ਰਨਜ਼ ਦਾ ਹਦਫ਼।